श्रीमती हसीना को। सर इस हाउस में खड़े होकर मेरे जैसे जो ना पक्ष के साथ है ना विपक्ष के साथ है, मुझे तो समझ नहीं आ रहा है कि ये 300 पार का नारा देके 300 400 पार का नारा देके 300 340 में आ गए हैं। ईडीआई सीबीआई यूज करने के बाद ही तब भी अपना पीठ थपथपा रहे हैं और ये 50 से जो 99 में चले गए ये अपना पीठ थपथपा रहे हैं। तो इन दोनों को समझ नहीं आ रहा है कि क्या हो रहा है। हाँ हम तो जहाँ खड़े थे वहीं खड़े हैं सर, मुझे ये इन राजनीति जो इस बार हुई है शायद देश ने कभी देखी नहीं। जितनी माइग्रेशन हुई है यहाँ से वहाँ, दल बदल दो, हल्का बदल दो, पार्टी बदल दो, कुछ पता ही नहीं लग रहा कल यहाँ पे बैठा तो आज वहाँ पे बैठा है। हमारे राज्य में सर जो रूलिंग पार्टी और ऑपोजिशन पार्टी वो दोनों ही इकट्ठे हो गए तो ऑपोजिशन का ये राहुल जी का कह रहे थे कि मैं लीडर ऑफ ऑपोजिशन को कंफर्म कर दीजिए यहाँ पे कि आप आम आदमी के भी आप ऑपोजिशन के लीडर हैं क्योंकि पंजाब में कुछ लोग हैं बाकी देश में कुछ लोग बोलते हैं। और सर जहाँ तक इनकी बात है तो इनके बारे में तो क्या कहूँ, समय ज्यादा अपना समय इन पे बर्बाद नहीं करना चाहूंगी सर मैं आपके माध्यम से क्योंकि सवा कम होता है बोलने को तो बहुत कुछ है लेकिन मैं अपने राज्य के मुद्दों पे आना चाहूंगी। आज मैं आपसे आपके राही आग्रह करती हूँ राष्ट्रपति जी को कि सरकार को बोलिए कि पंजाब एक किसानी सूबा है। इस किसान के ऊपर बहुत बड़े बड़े संकट ने आज किसानों ने नौजवानों ने तो माइनॉरिटी कितना ने ना रिजेक्ट किया है जिसे करके ना नंबर कटे हैं क्योंकि इन्होंने 800 किसान शहीद कराते पंजाब के गृहों से तो उन्होंने चकला तब यूपी में इलेक्शन को पहले आप कहते कि खाड़ा एमएससी लीगल गारंटी की जाओगी तो खाड़िया मंगा मंगा जा गया लेकिन ना तो इन्होंने मंगा पूरी की किया तो जब वो किसान 2024 में एक बार फिर दिल्ली आके धरना लगाना चाहते थे ਤੁਹਾਨੂੰ ਹੈਰਾਨੀ ਹੋਗੀ ਉਹਨਾਂ ਨੂੰ ਪੰਜਾਬ ਦੇ ਬਾਰਡਰ ਤੇ ਰੋਕ ਕੇ ਕਿਸ ਤਰ੍ਹਾਂ ਹਰਿਆਣੇ ਦੀ ਸਰਕਾਰ ਤੇ ਪੁਲਿਸ ਨੇ ਜਿਹੋ ਵੀ ਤਸ਼ੱਦਦ ਕੀਤੀ ਉਹਨਾਂ ਦੇ ਉੱਤੇ ਥਰੂ ਗੈਸ ਗੋਲੀਆਂ ਦੀ ਬੁਛਾਰ ਕਰਕੇ ਕਿੰਨੇ ਕਿਸਾਨਾਂ ਨੂੰ ਭਾਲ ਕਰਕੇ ਟਰੈਕਟਰ ਉਹਨਾਂ ਦੇ ਪੰਨ ਤੇ ਨੌਜਵਾਨ ਮੁੰਡਾ ਸ਼ੁਭਦੀਪ ਮੇਰੇ ਖੜਕੇ ਦਾ ਉਹਨੂੰ ਸ਼ਹੀਦ ਕਰ ਦਿੱਤਾ ਤੇ ਸਾਡਾ ਮੁੱਖ ਮੰਤਰੀ ਮੂੰਚੇ ਤਾਰੇ ਲਾ ਕੇ ਬੈਠਿਆ ਹੈ। ਸੋ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਕਿਸਾਨੀ ਇਸ਼ੂ ਨੂੰ ਇਹਨਾਂ ਨੂੰ ਸੌਟ ਆਊਟ ਕੀਤਾ ਜਾਏ। सरकार ਉਹਨਾਂ ਨੂੰ ਵੱਖਵਾਦੀ ਆਤੰਕਵਾਦੀ ਤਸ਼ੱਦਦ ਕਰਨਾ ਬੰਦ ਕਰੇ ਤੇ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਨੂੰ ਪੂਰਾ ਕਰੇ। ਮੈਂ ਹੋਰ ਵੀ ਬੇਨਤੀ ਕਰਾਂਗੀ ਕਿ ਪੰਜਾਬ ਦਾ ਅਟਾਰੀ ਵਾਗਾ ਬਾਰਡਰ ਤੇ ਸੈਨੀ ਵਾਲਾ ਬਾਰਡਰ ਖੋਲਿਆ ਜਾਏ ਤਾਂ ਕਿ ਸਾਡੇ ਬਾਰਡਰ ਤੋਂ ਟ੍ਰੇਡ ਹੋ ਸਕੇ ਤਾਂ ਕਿ ਸਾਡੀ ਕਿਸਾਨੀ ਜਿਹੜੀ ਸੰਕਟ ਚ ਇੰਡਸਟਰੀ ਜਿਹੜੀ ਸੰਕਟ ਚ ਨੌਜਵਾਨ ਜਿਹੜਾ ਬੇਰੋਜ਼ਗਾਰ ਹੈ ਇਸ ਬਾਰਡਰ ਤੇ ਸਾਡੇ ਗੁਜਰਾਤ ਦੇ ਬਾਰਡਰ ਚ ਸੀ ਉਹ ਤੋਂ ਹੋ ਸਕਦਾ ਹੈ ਟ੍ਰੇਡ ਤੋਂ ਸੇ ਪੰਜਾਬ ਦੇ ਲੈਂਡ ਰਾਈਟ ਤੋਂ ਨਹੀਂ ਹੋ ਸਕਦਾ। ਮੇਰੀ ਇਹ ਡਿਮਾਂਡ ਹੈ ਕਿ ਇਹ ਇੰਡਸਟਰੀਅਲ ਰੂਟ ਇੱਕ ਟ੍ਰੇਡ ਰੂਟ ਬਾਰਡਰ ਤੱਕ ਖੋਲ੍ਹਿਆ ਜਾਏ ਤਾਂ ਕਿ ਸਾਡਾ ਉੱਥੋਂ ਟ੍ਰੇਡ ਹੋ ਸਕੇ। ਸਰ ਦੂਜੀ ਗੱਲ ਜਿੱਥੇ ਕਿਸਾਨੀ ਸੰਕਟ ਚ ਪੰਜਾਬ ਚ ਨੌਜਵਾਨ ਬਹੁਤ ਵੱਡੇ ਸੰਕਟ ਚ ਕਿਉਂਕਿ ਪੰਜਾਬ ਚ ਅੱਜ ਡਰੱਗ ਐਪੀਡੈਮਿਕ ਚੱਲ ਰਿਹਾ ਪੈਂਡੈਮਿਕ ਕਦੇ ਨਹੀਂ ਹੈ ਪੰਜਾਬ ਦਾ ਤਾਂ ਇਹਨਾਂ ਨਸ਼ਾ ਪੰਜਾਬ ਚ ਵੱਧ ਗਿਆ ਹੈ। ਇਹਨਾਂ ਨੇ ਕਾਂਗਰਸ ਜਾਣੇ ਸਾਡੇ ਡਰੱਗ ਦੀ ਸੌ ਖਾਦੀ ਸੀ ਕਿ ਚਾਰ ਹਫ਼ਤੇ ਚ ਨਸ਼ੇ ਖਤਮ ਕਰ ਦੇਣਗੇ ਆਮ ਆਦਮੀ ਪਾਰਟੀ ਨੇ ਕਿਹਾ 10 ਦਿਨਾਂ ਚ ਲੇਕਿਨ ਖਤਮ ਤਾਂ ਕੀ ਕੀਤਾ ਕਿ ਰੋਜ਼ ਨੌਜਵਾਨ ਮਰ ਰਹੇ ਨੇ ਹੁਣ ਤਾਂ ਪੁਲਿਸ ਦੇ ਮੁਲਾਜ਼ਮ ਵੀ ਮਰਨ ਲੱਗ ਗਏ ਨੇ। ਇੰਨਾ ਜ਼ਿਆਦਾ ਡਰੱਗ ਹੈ ਤੇ ਇਸ ਘਾਤ ਕਰਕੇ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕੋਈ ਲੋਕ ਪਤਨੀ ਨੇ ਕਰਤਾ ਲੇਕਿਨ ਹਰ ਰੋਜ਼ ਹਰ ਮਹੀਨੇ ਕਈ ਸੌ ਡਰੋਨ ਹਰ ਰਾਤ ਨਸ਼ੇ ਤੇ ਗੋਲੀਆਂ ਲੈ ਕੇ ਆਮ ਸੇ ਐਮੀਨੇਸ਼ਨ ਲੈ ਕੇ ਨਸ਼ੇ ਲੈ ਕੇ ਬਾਰਡਰ ਤੋਂ ਪਾਰ ਕਰਦੇ ਨੇ ਤੇ ਪੰਜਾਬ ਚ ਤਬਾਹੀ ਫੈਲਾ ਰਹੇ ਨੇ। ਇਹ ਸਰਕਾਰ ਨੂੰ ਵੀ ਪੁੱਛ ਲਿਆ ਕਿ ਇਹਨੂੰ ਰੋਕਣ ਵਾਸਤੇ ਤੁਸੀਂ ਕੀ ਕਦਮ ਚੱਕ ਰਹੇ ਹੋ ਉਹਨਾਂ ਦੇ ਕੁਝ ਸਾਹ ਕਹਿੰਦੇ ਨੇ ਇੱਕ ਡਰੋਨ ਫੜਿਆ ਜਾਂਦਾ ਤੇ ਪੰਜ ਆਪਣਾ ਕਾਰਗੋ ਛੱਡ ਕੇ ਜਾਂਦੇ ਨੇ। ਸੋ ਪੰਜਾਬ ਚ ਨਸ਼ੇ ਫੈਲਾਏ ਜਾ ਰਹੇ ਨੇ ਕੋਈ ਰੋਕ ਟੋਕ ਨਹੀਂ ਹੈ ਜੈਸਾ ਦਾ ਰਾਜ ਨਸ਼ਾ ਦਾ ਰਾਜ ਦੇ ਲੋਕੀ ਦੇ ਹਾਲੇ ਜਿਹੜੇ ਕਰਕੇ ਸਾਡਾ ਨੌਜਵਾਨ ਪੰਜਾਬ ਛੱਡ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਿਹਾ। ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਆਪ ਹੀ ਬੇਨਤੀ ਕਰਦੀ ਹਾਂ ਜੇ ਬਾਦਲ ਸਾਹਿਬ ਵਾਜਪਾਈ ਜੀ ਤੋਂ ਪੰਜਾਬ ਵਾਸਤੇ ਬਠਿੰਡਾ ਦੇ ਸਾਹਿਬ ਨਹੀਂ ਲੈ ਕੇ ਆਏ ਸੀ ਕੋਈ ਇੰਡਸਟਰੀਅਲ ਪੈਕੇਜ ਪੰਜਾਬ ਨੂੰ ਦਿੱਤਾ ਜਾਏ ਖਾਸ ਕਰਕੇ ਬਾਰਡਰ ਦੇ ਇਲਾਕੇ ਚ ਇੰਡਸਟਰੀ ਨੂੰ ਕਿਉਂਕਿ ਸਾਡੇ ਨਾਲ ਦੇ ਸੂਬਿਆਂ ਵਿੱਚ ਹਿਮਾਚਲ ਹੋਏ ਜੰਮੂ ਕਸ਼ਮੀਰ ਹੋਏ ਉਹਨਾਂ ਨੂੰ ਟੈਕਸ ਇੰਸੈਂਟਿਵਸ ਮਿਲ ਰਹੇ ਜਿਹਦੇ ਕਰਕੇ ਸਾਡੀ ਇੰਡਸਟਰੀ ਭੱਜ ਰਹੀ ਹੈ। ਸੋ ਪੰਜਾਬ ਨੂੰ ਜ਼ਰੂਰ ਇਹ ਸਰਕਾਰ ਦੇ ਜੋ ਬਾਰਡਰ ਸਟੇਟ ਇਸ ਤੋਂ ਇਲਾਵਾ ਕਾਫੀ ਸਾਡਾ ਦੇਸ਼ ਵੀ ਸ਼ੁਰੂ ਹੋ ਸਕਦਾ ਹੈ। ਤੀਜੀ ਗੱਲ ਮੈਂ ਬੇਨਤੀ ਕਰਦੀ ਹਾਂ ਸਰਕਾਰ ਨੂੰ ਕਿ ਮਾਇਨੋਰਿਟੀਜ਼
ते रिलीजन साडे रिलीजन तो कहे के तुसी अपनी दखलंदाजी बंद करो। जब देखो कदे आ कहंदे ने कि असी ते राहुल गांधी जी लिखते थे से दरबार साहब गया कदे ओ कहंदे ने कि असी साडे 500 साल मनाया। जे तुसी भी थक पानी है तो बड़े सिखा दी गल करदे हो, लेकिन आज सिखा दे नाल हो की है जे इना ने साडे तरीका धोखा दे नाल धर्म सारा नु ते तेरी कीता इना ने सिखा दे तकलीफ कीते ते तुसी की कर रहे हो ਸਾਡੇ ਕਾਰਜਕਾਲਾਂ ਵਿੱਚ ਤੇ ਤੁਸੀਂ ਕਬਜ਼ਾ ਕਰ ਰਹੇ ਹੋ। ਸਾਡੇ ਹਰਿਆਣਾ ਕਮੇਟੀ ਦੇ ਤੌਰ ਤੇ ਕਬਜ਼ਾ ਕਰ ਰਹੇ ਹੋ, ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕਰ ਰਹੇ ਹੋ, ਨੰਦੇੜ ਸਾਹਿਬ ਦੇ ਉੱਤੇ ਬੋਝ ਤੁਸੀਂ ਆਪਦੇ ਸਰਕਾਰੀ ਬੰਦੇ ਰੱਖੇ ਹੋ ਤੇ 500 ਸਾਲਾਂ ਦੀ ਗੱਲ ਕਰਦੇ ਹੋ। 2019 ਦੇ 500 ਸਾਲਾਂ ਗੁਰੂ ਨਾਨਕ ਸਾਹਿਬ ਜੀ ਦਾ ਅਧਿਆਇ ਤੇ ਤੁਸੀਂ ਕਿਹਾ ਸੀ ਸਾਡੇ ਬੰਦੀ ਸਿੱਖਿਆ ਕਰ ਗਏ 4 ਸਾਲ ਹੋ ਗਏ, ਅੱਜ ਤੱਕ ਤੁਸੀਂ ਕਿਉਂ ਧਿਆਨ ਨਹੀਂ ਕਰ ਯੂ ਕਰ ਕਿਉਂ ਮਾਰਿਆ ਕਰੇ ਨੋਟੀਫਿਕੇਸ਼ਨ ਕਰਦੀ ਫੇਰ ਕਹਤਾ ਅਦਾਲਤ ਚ ਕਿ ਦੇਰ ਸੇ ਟੂ ਸੋਸਾਇਟੀ ਤੇ ਹੋ ਨਵੇਂ ਰੂਲ ਤੇ ਕਹਿੰਦੇ ਪਹਿਲੇ ਮਾਫੀ ਮੰਗਦੇ ਹਮੋਂ ਕੋਈ ਸ਼ਾਇਦ ਬਾਕੀ ਨਹੀਂ ਹੈ ਤੇ ਇਹ ਕਾਨੂੰਨ ਸਭ ਤੋਂ ਵੱਡੇ ਕਦੇ ਸਾਡੀ ਨਹੀਂ ਆ ਰਜਿਸਟ੍ਰੇਸ਼ਨ ਕਰ ਦੇਣ ਵਾਸਤੇ ਰਾਜਸਥਾਨ ਜਾਂਦੀ ਹੈ ਤੇ ਸਾਡੇ ਪਿੱਠੂ ਉਹਨਾਂ ਨੂੰ ਗਾਲ ਨਹੀਂ ਦੇਂਦੇ ਤੇ ਕਿਉਂਕਿ ਉਹ ਸੇ ਜਾਰੀ ਹੋ ਕਿਉਂਕਿ ਉਹ ਅਮਰਤਾਰੀ ਹੋ ਗਏ ਜਦ ਤੱਕ ਕਾਰ ਲਗਾਓ ਸਾਡੇ ਧਰਮ ਦੇ ਉੱਤੇ ਹਮਲਾ। ਸਾਡਾ ਕਾਜੀ ਇੱਕ ਪੰਜਾਬ ਦਾ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਜਿਹਨੂੰ ਲੋਕਾਂ ਨੇ ਖਿਤਾਬਤਾ ਤੁਸੀਂ ਤਾਂ ਉਹਨੂੰ ਵੀ ਸ਼ਪਨਾ ਨਹੀਂ ਦੇ ਰਹੇ ਇਸ ਸਿੱਖਿਆ ਦੇ ਨਾਲ ਤਾਂ ਕਰਨੀ ਪਿੱਛੇ ਮੈਂ ਬੇਨਤੀ ਕਰਦੀ ਹਾਂ ਲੋਕਾਂ ਦੇ ਮੈਂਡੇਟ ਤੋਂ ਸੱਤਾ ਦਾ ਹਰ ਸੱਤਾ ਦਾ ਕਾਜੀ ਹੈ सदस्यों के लिए एक सूचना है कि जो माननीय सदस्य अपना लिखित भाषण देना चाहते हो